साहब मैं कह रहा सारी शिफा है चिचड़ मारना ना झोटा मारना पऊ ते झोटा सुखा कपी आपां झोटा मारना ध्यान भटकाउण लई इत्थे भेजिआ लो महंती खड़ा है अमर खड़ा है यह पिछले 5 साल का इत्थे किसे सड़क बनाउण आया दसो जी दसो किसे सड़क बनाउण आया दसो किते आया कोई इन्हें गली पक्की कराई है कराई है कोई किसे दा कार बनाया कोई किसे दे घरे सुख दुख आया जिथे अमर गया जिथे महंती गया जदों जदों कोरोना सी इन्हें कदे राशन इत्थे लिया के पाया पाया नहीं पाया ना ते फिर मैं दस देना ये खासियतां की ने इहदी खासियत है भी जे तुसीं इहनूं इत्थे लिआंदा इह घर घर दे विच चिट्टा वेचेगा एक बदलाव लिआउण दी है और मैं तुहानूं अज इक गल कह दिंदा जे ते घर घर चिट्टा वेचणा है जे ते घर घर नशा पाउणा है जे बदमाशियां कराउणियां है बिजनेस खोऊ ये फरौतियां करू ये राम नू फोन करके लोगों के घरे थानेदार भेजू डंडिया नाल कटवाऊ ओ लंबू इथो 25,000 ते ठोक के जाएगा जा मैं तेनू अज अपना ईमान नहीं बेचिया ये लड़ाई हराम ते ईमान दी है हराम इस बंदे ने किया ते पाया लोकां नू जलील किया लोकां दे बिजनेस खोया इन्हें गुंडा बदमाशी की है होर इन्हें कख नहीं किया तो तुसी दस दियो कि तुहाडे भरा सिद्धू ने किसी एक बंदे दे उत्ते सारे अमृतसर च परचा पाया होवे सिद्धू राजनीति छड़न गया सेवा 10% सेवा बाकी खावे मेवा ते 90% मेवा दस के ए लंबू जड़ा है एदी खासियत की है ए है की ए पहली बार एमएलए बनया इनू मंत्री बना दे एदी भैण रुस के भग गई एदी एदी क्वालिफिकेशन मैं दसदा ब्रह्मपुरा छड़ के चलिया गया मेरा बुजुर्ग ਕਿੰਨੇ ਹੀ ਅਕਾਲੀ ਦਲ ਵਾਲੇ ਬੰਦੇ ਸਾਰੇ ਅਕਾਲੀ ਦਲ ਛੱਡ ਕੇ ਅਕਾਲੀ ਦਲ ਨੂੰ ਖਾਲੀ ਦਲ ਬਣਾ ਗਏ ਇਹਦੀ ਖਾਸੀਅਤ ਪਤਾ ਕੀ ਹੈ ਇਹ ਲੰਬੂ ਦੀ ਗੰਨੇ ਤੋਂ ਗੰਢੇਰੀ ਮਿੱਠੀ ਗੁੜ ਤੋਂ ਮਿੱਠਾ ਰਾਲਾ ਭਾਈ ਤੋਂ ਭਤੀਜਾ ਪਿਆਰਾ ਸਭ ਤੋਂ ਪਿਆਰਾ ਸਾਲਾ ਇਹ ਸਾਲਾ ਹੈ ਓਏ ਸਾਲਿਆ ਸੁਖਬੀਰ ਦਿਆ ਲੜਾਈ ਤੇਰੇ ਨਾਲ ਥੋੜਾ ਨਾ ਅਸੀਂ ਤਾਂ ਝੋਟਾ ਮਾਰਨਾ ਮਿੱਤਰਾ ਝੋਟਾ ਤੂੰ ਤਾਂ ਚਿੱਚੜ ਹੈ ਜਦੋਂ ਜਾਨਵਰ ਮਰਦਾ ਹੈ ਜੂਆ ਸਹਿਕਦੇ ਸਹਿਕਦੇ ਜਾਨਵਰ ਚੋਂ ਨਿਕਲ ਜਾਂਦੀਆਂ ਨੇ ਤੇਰੇ ਵਰਗੀਆਂ ਜੂਆਂ ਨਾਲ ਲੜਾਈ ਥੋੜਾ ਨਾ ਜਿਸ ਬੰਦੇ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੋਵੇ ਵੋਟਾਂ ਖਾਤਰ ਜਿਸ ਬੰਦੇ ਨੇ ਪੰਜਾਬ ਨੂੰ ਵੰਡਿਆ ਹੋਵੇ ਵੋਟਾਂ ਖਾਤਰ ਜਿਸ ਬੰਦੇ ਨੇ ਰਾਜਨੀਤੀ ਦਾ ਧੰਦਾ ਬਣਾਤਾ ਹੋਵੇ ਔਰ ਰਾਜਨੀਤੀ ਇੰਨੀ ਗੰਦੀ ਇੰਨੀ ਮੈਲੀ ਕਰਤੀ ਹੋਵੇ ਕਿ ਹਰ ਚੀਜ਼ ਬਾਬਾ ਨਾਨਕ ਤੋਲਦਾ ਰਿਹਾ ਤੇਰਾ 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 ਸੁੱਖਾ ਗੱਪੀ ਕਹਿੰਦਾ ਮੇਰਾ ਮੇਰਾ ਮੇਰੇ ਠੇਕੇ ਮੇਰੀਆਂ ਬੱਸਾਂ ਹੈ ਸਭ ਕੁਛ ਮੇਰਾ ਡਰਾ ਡਰਾ ਕੇ ਕਰਪਾਨਾ ਰੱਖ ਕੇ ਨਾ ਲੋਕਾਂ ਦੇ ਬਿਜ਼ਨਸ ਹੋਏ ਇਹ ਲੰਬੂ ਇਹ ਸਾਰੇ ਚੋਰ ਇਕੱਠੇ ਹੋਏ ਆ ਦੂਜਾ ਇਹਨਾਂ ਨਾਲ ਸੁੱਖਾ ਕੱਪੀ
अगर हिंदुस्तान के सब तो बड़ा चोर कोई लभ्या जिन्हें पंजाब नू गिरवी धरता जिन्हें पंजाब बेचता जिदे करके नौजवान बाहर जाई जांदे आ ते ओ सुखबीर सिंह बादल है। दो बसा सी उहदीआं डब वाली अज 6000 बसा ने 5-5 5-17 होटल पाले पंजाब दे दुखां दे उत्ते इस सुखे गप्पी ने सुख विलास बना ले। ते जे सिद्धू आ गए ना सुखबीर सिंह बादल तेरे 5-star होटलां दे विच आम गरीब दे लई स्कूल ते कॉलेज ना खोले ते नाम नवजोत सिंह सिद्धू और छाती ठोक के कहना लाडो प्रधान ओ लाडो प्रधान तेरे इस वार्ड च मैं 25-30 crore रुपया तेनू दिता ते तू की वफा दिखाई साडी पिछे छुरा मारिया हो साडी पिछे आ सिपा आ मंत्री आ अमर ਇਹ ਸਾਰੇ ਖੜੋਤੇ ਆ ਗੋਇੰਕਾ ਪਰਮਜੀਤ ਰਾਮਪਾਲ ਇਹ ਸਭ ਖੜੋਤੇ ਆ ਆ ਵੇਖੋ ਇਹ ਵਿਆਹ ਕਰਾਉਣ ਤੋਂ ਬਾਅਦ ਵੀ ਮੁੱਛਾਂ ਖੜੀਆਂ ਕੀਤੀਆਂ ਮੈਂ ਤਾਂ ਜਾਦਾ ਕਰਾਇਆ ਭਾਈ ਬਾਹਰ ਭਾਵਾਂ ਕਿੱਡਾ ਹੀ ਬੱਬਰ ਸ਼ੇਰ ਘਰੇ ਜਾ ਕੇ ਤੇ ਮੈਂ ਉਹਨਾਂ ਨੇ ਕਰੀ ਜੇ ਤੇ ਆਪਣੇ ਬੱਚੇ ਨਸ਼ਿਆਂ ਤੋਂ ਬਚਾ ਕੇ ਰੱਖਣੇ ਆ ਜੇ ਵਿਕਾਸ ਚਾਹੀਦਾ ਇਹ ਤੇ ਉੱਡ ਕੇ ਜਿਵੇਂ ਕਬੂਤਰ ਆਉਂਦੇ ਹੁੰਦੇ ਆ ਇੱਧਰ ਉੱਧਰ ਇਹ ਹਲਕੇ ਦਾ ਵਿਕਾਸ ਕਰ ਦੌੜਨਾ ਆ ਇਹਦੇ 35-40 ਚੋਰ ਰਲ ਕੇ ਅਲੀ ਬਾਬਾ 40 ਚੋਰ ਰਲ ਕੇ ਨਵਜੋਤ ਸਿੱਧੂ ਨੂੰ ਹਰਾਉਣ ਆਇਆ ਜਿਹੜੀ ਟੋਕਰੀ ਚ ਰੱਖ ਦੋਗੇ ਸਾਰੀ ਟੋਕਰੀ ਖਰਾਬ ਬਸ ਕੇ ਰਿਹੋ ਇਹ ਸ਼ਹਿਰ ਨਾ ਸਹਿੰਦਾ ਤੇ ਨਾ ਡਰਦਾ ਇਸ ਸ਼ਹਿਰ ਤੇ ਬਦਮਾਸ਼ੀ ਵੀ ਆਉਣ ਨਹੀਂ ਮਜੀਦੀਆਂ 23 ਤਰੀਕ ਨੂੰ ਜਦੋਂ ਤੂੰ ਅਰੈਸਟ ਹੋਇਆ ਤੇਰੇ ਪਿੱਛੇ ਪਤਾ ਲੱਗੂਗਾ ਉਹਦੇ ਪਿੱਛੇ ਲਿਖਿਆ ਹੋਊਗਾ ਆਨ ਮਿਲੋ ਸਜਣਾ ਤਰ 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 ਇਹ ਚੋਰ ਇਕੱਠੇ ਇਸ ਕਰਕੇ ਹੋਏ ਆ ਇਹਨਾਂ ਨੂੰ ਲਾਲਾ ਵੀ ਸਿੱਧੂ ਪ੍ਰਧਾਨ ਜੀ ਆ ਗਿਆ ਤੇ ਇਹਨਾਂ ਦੀਆਂ ਦੁਕਾਨਾਂ ਬੰਦ ਇਹਨਾਂ ਦਾ ਰੇਤਾ ਖਾਣਾ ਬੰਦ ਇਹਨਾਂ ਦਾ ਰੇਤਾ ਖਾਣਾ ਬੰਦ ਤੁਹਾਨੂੰ 1000 ਰੁਪਈਏ ਟਰਾਲੀ ਜਿਹੜੀ ਅੱਜ 5000 ਦਿੰਦੀ ਤੇਰੇ ਨੂੰ ਡਰ ਹੈ ਕਿ ਹਰੇਕ ਮੇਰੀ ਧੀ ਭੈਣ ਮੇਰੀ ਮਾਂ ਨੂੰ 1 ਮਹੀਨੇ ਦਾ 1100 ਰੁਪਈਆ ਨਾਲੇ 8 ਸਿਲੰਡਰ ਫ੍ਰੀ ਨੀਵੇਂ ਥਾਵੇਂ ਪਾਇਓ ਨੀਵੇਂ ਥਾਵੇਂ ਪੰਜਵੀਂ ਪੜੂ 5000 ਅੱਠਵੀਂ ਪੜੂ 10000 ਬਾਰਵੀਂ ਪੜੂ 15000 ਨਾਲ ਕੰਪਿਊਟਰ ਮੈਂ ਇਹਨੂੰ ਕਹਿੰਦਾ ਉਹ ਟਾਂਗੇ ਬਾਂਸ ਦਾ ਦਰਖਤ ਦੇਖਿਆ ਨਾ ਉੱਚਾ ਲੰਮਾ ਹੁੰਦਾ ਅੰਦਰੋਂ ਖੋਖਲਾ ਇਹੋ ਜਿਹੀ ਆ ਬਾਂਸ ਦਾ ਦਰਖਤ ਤੇ ਸਿੱਧੂ ਗੰਨੇ ਵਰਗਾ ਅੰਦਰੋਂ ਵੀ ਮਿੱਠੂ ਮਿੱਠੂ ਤੇ ਬਾਹਰੋਂ ਵੀ ਮਿੱਠੂ ਮਿੱਠੂ ਸਿੱਧੂ ਦਾ ਤਾਂ ਇਤਿਹਾਸ 'ਚ ਨਾਮ ਲਿਖਤਾ ਬਾਬੇ ਨੇ ਤੇ ਤੇਰਾ ਵੀ ਇਤਿਹਾਸ ਦੇ ਵਿੱਚ ਕਾਲਕ ਪੁੱਤ ਕੇ ਤੇਰਾ ਨਾਮ ਲਿਖਿਆ ਜਾਊਗਾ ਕਿ ਤੂੰ ਚਿੱਟਾ ਵੇਚਣ ਵਾਲਾ ਸੀ ਤੂੰ ਰੇਤਾ ਖਾਣ ਵਾਲਾ ਸੀ ਤੂੰ ਲੋਕਾਂ ਦੇ ਪਰਚੇ ਪਵਾਉਣ ਵਾਲਾ ਸੀ ਤੂੰ ਫਰੌਤੀਆਂ ਕਰਨ ਵਾਲਾ ਸੀ ਤੂੰ ਲੋਕਾਂ ਦੇ ਬਿਜ਼ਨਸ ਖੋਣ ਵਾਲਾ ਸੀ ਤੇ ਤੂੰ ਸਭ ਤੋਂ ਵੱਡੀ ਤੇਰੀ ਉਪਲਬਧੀ ਤੂੰ ਸੁਖਬੀਰ ਦਾ ਸਾਲਾ ਸੀ ਸਾਲਾ ਕਰਦਾ ਸੀ ਧੌਲਾ ਮਾਲਾ ਠੋਕੋ ਤਾਂ ਟਿਕਾ ਜਿਸਾ ਕਿ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਔਰ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਵੀ ਮੇਰਾ ਪਰਿਵਾਰ ਇਕੱਠਾ ਹੈ ਮੈਂ ਕਹਿੰਦਾ ਬੋਗੈਂਬੋ ਤੇ 25 ਸਾਲ ਪਹਿਲਾਂ ਖੁਸ਼ ਹੁੰਦਾ ਸੀ ਲੇਕਿਨ ਅੱਜ ਸਰਦਾਰ ਖੁਸ਼ ਹੋਆ ਕਿਉਂਕਿ ਆ ਖੜੋਤੇ ਆ ਸਾਰੇ ਆ ਸਾਰੇ ਖੜੋਤੇ ਆ ਅਮਰ ਭਗਵਾਨ ਨੂੰ ਖਰੀਦਣ ਆਏ ਸੀ ਮਹੰਤੀ ਨੂੰ ਖਰੀਦਣ ਆਏ ਸੀ ਹੈ ਤੇ ਮਹੰਤੀ ਤੇ ਅਮਰ ਨੇ ਕਿਹਾ ਸੀਪੇ ਨੇ ਕਿਹਾ ਕਿ ਸਾਰੀ ਕਾਇਨਾਤ ਦੇ ਮੋਤੀ ਇੱਥੇ ਸਾਡੇ ਕੋਲ ਵਿਛਾ ਦੀ ਫਿਰ ਵੀ ਅਸੀਂ ਨਵਜੋਤ ਸਿੰਘ ਸਿੱਧੂ ਦਾ ਛਾਤ ਨਹੀਂ ਛੱਡਾ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਈਸਟ ਜਿਤਾਊਗੀ ਔਰ ਨਵੇਂ ਪੰਜਾਬ ਦੀ ਨੀਂਹ ਪਾਊਗੀ ਸਰਦਾਰ ਨਵਜੋਤ ਸਿੰਘ ਸਿੱਧੂ ਸਰਦਾਰ ਨਵਜੋਤ ਸਿੰਘ ਸਿੱਧੂ ਇਹ ਗੁਰੂ ਵੀ ਬੇਅਦਬੀ ਕਰਾਉਣ ਵਾਲਿਆਂ ਨੂੰ ਕਦੇ ਭਾ
हाथ नहीं लगने, थोड़े अदालतों के फैसले हो ना हो, लेकिन अमृतसर ईस्ट की इस जनता की अदालत में फैसला होएगा, ठोक के होएगा। मैं तो आता रहूं, तगड़े हो जाओ, घर घर जाओ, देखो कि राजा जे व्यापारी हो जाए तो जनता को खतरा है, तो राजा जे चिट्टे का व्यापारी हो जाए तो अगली पीढ़ी को खतरा है। मेरा इलेक्शन अगले इलेक्शन वास्ते नहीं, मेरा इलेक्शन अगली पीढ़ी के वास्ते। अगली पीढ़ी पालू लाई देना, यह कहना सिद्धू साहब यह लड़ाई लड़न का समा है, यह शिकायतां करन दा समा नहीं। पहला असी इस गुंडे नूं भजावांगे इत्थों ते फिर गल करां। खबरदार जे किसे मेरे वर्कर नूं झाकिया भी है मैं तेरियां अखां कर लूंगा, याद रखना। चल रही शायद तेरे बंब देंगे बुला, ते नारा चलेगा हुण कोठे ते तोता बहन नहीं देना जीजा सौला रह। जवान दिंदा नवजोत सिंह सिद्धू के 40 तो 50,000 रुपये 5,00,000 बंदियां नूं पंजाब दे विच हर साल 1,00,000 बंदे नूं ए रोजगार मिलेगा। और ठोक के कहिंदा सिद्धू दी एक मैनूं उपलब्धि दसो, हां झूठ बोले कौआ काटे। मैं इन्हू कहना तू आपके बाप दादे नकड़दादे चकड़दादे 35 पुश्तां देख, जे 35 पुश्तां दे विचों बाबे दे शीरवाद ने किसी ने करतारपुर का लांघा खलाया होवे ते मेरे नाल गल करी। अलीशा बेगम, ना कोई चुनौती ना कोई इनाम, सिर्फ कम नु सलाम। वशीकरण करवाना होवे जा तुड़वाना होवे, प्यार विच धोखा, ब्याह लई मां-बाप दा ना मनना, कम उही जो सिर चढ़ के बोले इधर उधर ना पटको, दुआ भी तकदीर बदल सकदी है। सोचन नाल नहीं फोन करन नाल दुख दूर होवेगा। झूठे ते मिठे बन के लुट्टन वालियां तो सावधान, हर समस्या दा हल 3 दिनां विच कीता जांदा है। जे तुहाडी किस्मत च लॉटरी है तां इस नु किवें प्राप्त कीता जावे। सुपर स्पैशलिस्ट पति ते पत्नी विचकार दरार, प्रेम ब्याह, नौकरी कारोबार विच रुकावट, अदालती केस, तलाक दा केस, सौंकन दुश्मन तो छुटकारा पाओ। लॉटरी सट्टा नंबर, वशीकरण करवाना जां तुड़वाना, बीमारी च दवाई दा ना लगना। अलीशा बेगम। वर्ल्ड फेमस बाबा सलीम खान 21 बार गोल्ड मेडलिस्ट, सारियां थावां तो निराश अते मायूस होने वाले एक बार फोन जरूर करो, जिवें चाहोगे ओवें होएगा। इट्स माय प्रॉमिस, इमीडिएटली रिजल्ट, ओपन चैलेंज, इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठकरनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत, सब तो पहला काम करन दा वादा, नौकरी प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी चनबन, जा दुटोना, मनमोहनी वशीकरण करवाओ जा तुड़वाओ, रुसे नू मनाओ। हुणे कॉल करो बाबा सलीम खान 98199 37467।